ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਕਿਸਾਨਾਂ ਦਾ ਮੁੱਦਾ ਵੀ ਚੱਕਿਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੀ ਕਰਜ਼ੇ ਮਾਫੀ ਦੇ ਕਾਂਗਰਸ ਦੇ ਵੱਲੋਂ ਕੀਤੇ ਗਏ ਵਾਅਦੇ ਨੂੰ ਪੂਰੇ ਕਰਨ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕੀਤਾ। ਹਾਲਾਂਕਿ ਅਕਾਲੀ ਦਲ ਦੇ ਧਰਨੇ ਤੇ ਹੰਗਾਮੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਕਰਜ਼ ਮਾਫੀ ਤੇ ਵੱਡਾ ਫੈਸਲਾ ਲੈਣ ਵਾਲੇ ਹਾਂ। ਅਕਾਲੀ ਦਲ ਨੂੰ ਪਤਾ ਹੈ ਕਿ ਅਸੀਂ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਜਾ ਰਹੇ ਹਾਂ, ਲਿਹਾਜ਼ਾ ਉਹ ਕ੍ਰੈਡਿਟ ਲੈਣ ਦੀ ਸਿਆਸਤ ਕਰ ਰਹੇ ਨੇ। ਉਧਰ ਅਕਾਲੀ ਦਲ ਨੇ ਕਾਂਗਰਸ ਤੇ ਵਾਅਦੇ ਤੋਂ ਭੱਜਣ ਦਾ ਇਲਜ਼ਾਮ ਲਾਇਆ। ਪਾਰਟੀ ਦਾ ਪ੍ਰੋਗਰਾਮ ਹੈ, ਸਾਡੇ ਡਿਸੀਜਨ ਹੋ ਗਿਆ, ਅਸੀਂ ਹੁਣ ਇਟ ਕੈਨ ਨਾਟ ਬੀ ਡਨ ਬੈਠੇ ਬੈਠੇ। ਇਹ ਇਹਨਾਂ ਨੂੰ ਪਤਾ ਹੈ ਕਿ ਹੋ ਰਿਹਾ ਹੈ, ਇਹ ਅਕਾਲੀਆਂ ਨੂੰ ਤਾਂ ਹੀ ਰੌਲਾ ਪਾ ਰਹੇ ਨੇ, ਉਹ ਕ੍ਰੈਡਿਟ ਲੈਣਾ ਚਾਹੁੰਦੇ ਨੇ, ਦੈਟ ਇਜ਼ ਆਲ। ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਵਾਸਤੇ, ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਵਾਸਤੇ ਕਾਬਰ ਹਕੂਮਤ ਦਾ ਦਿੱਤਾ ਸੀ, ਅਸੀਂ ਇੱਕ ਵਾਰੀ ਨਹੀਂ ਦੋ ਵਾਰੀ ਦਿੱਤਾ। ਇਹ ਸਰਕਾਰ ਅੰਧੀ ਤੇ ਬੋਲੀ ਹੋਈ ਬੈਠੀ ਹੈ, ਸੁਣਨ ਨੂੰ ਵੀ ਤਿਆਰ ਨਹੀਂ। ਅਸੀਂ ਚਾਹੁੰਦੇ ਹਾਂ ਕਿ ਜੋ ਕਮਿਟਡ ਇਹ ਹੋਏ ਹੈ ਮੁੱਖ ਮੰਤਰੀ ਸਾਹਿਬ, ਉਹ ਇਹ ਵਿਸ਼ਵਾਸਨ ਦਵਾ ਦੇਣ ਅਤੇ ਉੱਤੇ ਮੱਥੇ 'ਤੇ ਬਹਿਸ ਕਰਾ ਦੇਣ। ਇਹ ਬਹਿਸ ਨਹੀਂ ਕਰਾਉਣਾ ਚਾਹੁੰਦੇ, ਇਹ ਭੱਜਣਾ ਚਾਹੁੰਦੇ ਆ, ਨਾ ਕਰਜ਼ਾ ਮਾਫ਼ ਕਰਨਾ ਇਹਨਾਂ ਨੇ। ਉਧਰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਕਿਹਾ ਕਿ ਕਿਸਾਨਾਂ ਦੇ ਮੁੱਦੇ ਤੇ ਫੈਸਲਾ ਲਿਆ ਜਾ ਰਿਹਾ ਹੈ, ਅਤੇ ਨੇਤਾ ਵਿਰੋਧੀ ਧਿਰ ਐਚ ਐਸ ਫੂਲਕਾ ਨੇ ਵੀ ਕਿਸਾਨਾਂ ਦੇ ਮੁੱਦੇ ਤੇ ਸਰਕਾਰ ਤੇ ਨਿਸ਼ਾਨਾ ਸਾਧਿਆ। ਕਰਜ਼ਾ ਮਾਫ਼ੀ ਕਾ ਜੋ ਮੁੱਦਾ ਹੈ, ਵੋ ਹਮਾਰੇ ਬਜਟ ਮੇ ਜੋ ਹੈ ਵੋ ਮਖਸੂਸ ਕਰ ਲਿਆ ਗਿਆ ਹੈ। ਤੋ ਪੰਜਾਬ ਸਰਕਾਰ ਔਰ ਖਾਸ ਕਰਕੇ ਕਾਂਗਰਸ ਪਾਰਟੀ ਕਾ ਜੋ ਮਨਸ਼ੂਰ ਥਾ, ਮੈਨੀਫੈਸਟੋ ਥਾ, ਉਸਮੇ ਵੀ ਇਹ ਵਾਅਦਾ ਥਾ, ਸਿਆਸੀ ਰੋਟੀਆਂ ਸੇਕਣੇ ਕੀ ਕੋਸ਼ਿਸ਼ ਕਰ। ਰੋਜ਼ ਕਿਸਾਨ ਮਰ ਰਹੇ ਹੈ ਜੀ, ਰੋਜ਼। ਤੋ ਇਹ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਣੀ। ਇਸੇ ਕਰਕੇ ਜੋ ਅਸੀਂ ਬਾਹਰ ਆ ਕੇ ਅਸੈਂਬਲੀ ਲਾਈ, ਉਸ ਅਸੈਂਬਲੀ 'ਚ ਅਸੀਂ ਇਹ ਮਤਾ ਪਾਸ ਕੀਤਾ ਕਿ ਮੁੱਖ ਮੰਤਰੀ ਅਤੇ ਉਹਨਾਂ ਦੇ ਨਾਲ ਦੇ ਮੰਤਰੀ ਉਹਨਾਂ ਕਿਸਾਨਾਂ ਦੇ ਘਰਾਂ 'ਚ ਜਾਣ ਜਿਨ੍ਹਾਂ ਨੇ ਖੁਦਕੁਸ਼ੀਆਂ ਕੀਤੀਆਂ, ਜਾ ਕੇ ਉਹਨਾਂ ਦਾ ਦੁੱਖ ਸਾਂਝਾ ਕਰਕੇ ਆਉਣ, ਨਾਲੇ ਉਹਨਾਂ ਨੂੰ ਜੋ ਬਣਦਾ ਮੁਆਵਜ਼ਾ ਦੇ ਕੇ ਆਉਣ, ਨਾਲੇ ਅੱਗੇ ਤੋਂ ਕੋਈ ਹੋਰ ਇਹੋ ਜਿਹਾ ਕੰਮ ਨਾ ਕਰੇ ਉਹਦੇ ਵਾਸਤੇ ਵੀ ਠੋਸ ਕਦਮ ਉਠਾਉਣ, ਅਤੇ ਇਹਨਾਂ ਦੀ